ਸ੍ਰੀ ਨਾਨਕ ਪਦ ਪੰਕਜ ਬੰਦਨ ਪਦ ਪੰਕਜ ਬੰਦਨ ਸਿਮਰੋ ਅੰਗਦ ਦੋਖ ਨਿਕੰਦਨ ਅਮਰਦਾਸ ਗੁਰ ਹਿਰਦੇ ਧਿਆਵੋ ਸ੍ਰੀ ਗੁਰੂ ਰਾਮਦਾਸ ਗੁਣ ਨਾਸਕ ਸ੍ਰੀ ਹਰ ਗੋਬਿੰਦ ਸੁਭ ਸੁਮਤ ਪਰ ਕਾਸ਼ਕ ਸ੍ਰੀ ਹਰ ਰਾਏ ਸਤਿਗੁਰ ਪਰਮ ਕਿਰਪਾਲਾ ਸ੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਤਾਰੋਂ ਤਾਰਾ ਪਰ ਪੁਨ ਪੁਨ ਸੀ ਸਤਿਗੁਰੂ ਤੇ ਪ੍ਰਸਾਦ ਸਚ ਹੋਏ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਹੈ ਵਿਘਨ ਵਿਨਾਸ਼ਨ ਸੋਏ ਤਿੰਨ ਕੋ ਸ਼ੋਰ ਇਤਹਿ ਸੇ ਮਿਲੇ ਤਜਨ ਗੁਰੂ ਕੋ ਆਪਣੇ ਭਲੇ ਬਰਖ ਹਜ਼ਾਰੋ ਨਰਕ ਸਹਿਰਿਓ ਰਣ ਤੇ ਡਰ ਗੁਰ ਤੇ ਮੁਖ ਫਿਰਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿਗੁਰਾਂ ਦੀ ਸਾਜੀ ਨਵਾਜੀ ਗੁਰੂ ਕੀ ਸੰਗਤ ਆਪ ਸੰਗਤ ਨੇ ਸਤਿਗੁਰਾਂ ਦੇ ਦਰਬਾਰ ਵਿੱਚ ਬੈਠ ਕੇ ਗੁਰਬਾਣੀ ਦੇ ਰਸ ਭਿੰਨੇ ਕੀਰਤਨ ਸ਼ਬਦ ਸਰਵਣ ਕੀਤੇ ਜਿੱਥੇ ਆਪਾਂ ਸਰੀਰ ਕਰਕੇ ਮਹਾਰਾਜ ਦੀ ਹਜ਼ੂਰੀ ਦਾ ਆਨੰਦ ਮਾਣ ਰਹੇ ਹਾਂ ਉੱਥੇ ਮਨ ਕਰਕੇ ਵੀ ਆਪਾਂ ਸਤਿਗੁਰਾਂ ਦੇ ਦਰਬਾਰ ਦੀ ਹਾਜ਼ਰੀ ਭਰੀਏ ਗੁਰੂ ਨਾਨਕ ਦੇਵ ਮਹਾਰਾਜ ਸਾਹਿਬ ਜੀ ਸੁਲਤਾਨਪੁਰ ਦੇ ਅੰਦਰ ਜਦੋਂ ਨਮਾਜ਼ ਪੜ੍ਹਦੇ ਪਏ ਅਤੇ ਕਾਜੀ ਅਤੇ ਦੌਲਤ ਨਵਾਬ ਖਾਨ ਨੂੰ ਇਹ ਬਚਨ ਕੀਤਾ ਸੀਗਾ ਕਿ ਤੁਸੀਂ ਸਰੀਰ ਕਰਕੇ ਮਸੀਤ ਦੇ ਅੰਦਰ ਹੋ ਮਨ ਕਰਕੇ ਨਹੀਂ
ਮਨ ਦੀ ਹਾਜ਼ਰੀ ਪ੍ਰਵਾਨ ਹੈ, ਇਸ ਕਰਕੇ ਆਪਾਂ ਗੁਰੂ ਦਰਬਾਰ ਦੇ ਅੰਦਰ ਬੈਠੇ ਹਾਂ। ਆਪਣੇ ਮਨ ਦਾ ਧਿਆਨ ਟਿਕਾ ਕੇ ਭਾਵਨਾ ਦੇ ਨਾਲ ਸਤਿਗੁਰਾਂ ਦੀ ਅੰਮ੍ਰਿਤ ਬਾਣੀ ਦਾ ਕੀਰਤਨ ਸਰਵਣ ਕਰਨਾ ਅਤੇ ਜੋ ਇਤਿਹਾਸ ਗੁਰੂ ਗੋਬਿੰਦ ਸਿੰਘ ਮਹਾਰਾਜ ਦਾ ਲੜੀਵਾਰ ਆਪਾਂ ਸਰਵਣ ਕਰ ਰਹੇ ਹਾਂ, ਉਸ ਦੇ ਅੰਦਰ ਆਪਾਂ ਇਹ ਬਚਨ ਸਰਵਣ ਕੀਤੇ ਕਿ ਸਤਿਗੁਰੂ ਪਾਤਸ਼ਾਹ ਜੀ ਰਾਮੇਆਣਾ ਅਤੇ ਰੂਪਾਣਾ ਇਹ ਨਾਮ ਦੇ ਪਿੰਡ ਨੇ, ਇਹ ਪਿੰਡਾਂ ਦੇ ਨਾਮ ਨੇ। ਮਾਲਵੇ ਦੇ ਅੰਦਰ ਸਤਿਗੁਰੂ ਪਾਤਸ਼ਾਹ ਜੀ ਇੱਥੇ ਪਹੁੰਚੇ। ਇੰਨੇ ਚਿਰ ਨੂੰ ਮਾਝੇ ਤੋਂ ਕੁਝ ਸੰਗਤਾਂ ਜਿਹੜੀਆਂ ਸਨ, ਜਿਨ੍ਹਾਂ ਦਾ ਸਭ ਤੋਂ ਮੁੱਖ ਜਥੇਦਾਰ ਭਾਗ ਸਿੰਘ ਝਬਾਲਪੁਰੀਆ ਹੈ, ਇਹ ਲੈ ਕੇ ਪਹੁੰਚਿਆ ਮਹਾਰਾਜ ਦੇ ਕੋਲ। ਕਹਿਣ ਲੱਗਾ, ਸਤਿਗੁਰੂ ਜਾਂ ਆਪ ਔਰੰਗਜ਼ੇਬ ਦੇ ਨਾਲ ਸੁਲਾਹ ਕਰ ਲਵੋ, ਨਹੀਂ ਤਾਂ ਅਸੀਂ ਆਪ ਜੀ ਦੇ ਨਾਲ ਰਹਿ ਨਹੀਂ ਸਕਦੇ। ਇਹ ਬਚਨ ਸੁਣ ਕੇ ਮਹਾਰਾਜ ਨੇ ਆਖਿਆ, ਔਰੰਗਜ਼ੇਬ ਨਾਲ ਸੁਲਾਹ ਨਹੀਂ ਕਰਾਂਗੇ, ਜੇ ਤੁਸੀਂ ਸਾਡੇ ਨਾਲ ਨਹੀਂ ਰਹਿਣਾ ਹੈ ਤਾਂ ਬਦਾਵਾ ਲਿਖ ਦੇਵੋ। ਲਿਖ ਦਿੱਤਾ ਗਿਆ, ਸਤਿਗੁਰੂ ਤੁਸੀਂ ਸਾਡੇ ਗੁਰੂ ਨਹੀਂ ਅਤੇ ਅਸੀਂ ਤੁਹਾਡੇ ਸਿੱਖ ਨਹੀਂ। ਇਸ ਤਰ੍ਹਾਂ ਕਹਿ ਕੇ ਆਪਣੇ ਘਰਾਂ ਨੂੰ ਚੱਲ ਪਏ। ਇੱਧਰੋਂ ਵਜ਼ੀਰ ਖਾਨ ਦੀ ਵੱਡੀ ਫੌਜ ਸਤਿਗੁਰਾਂ ਦਾ ਪਿੱਛਾ ਕਰਦਿਆਂ ਹੋਇਆਂ ਬਿਲਕੁਲ ਕੋਲ ਪਹੁੰਚ ਗਈ ਹੈ। ਐਸਾ ਮਾਹੌਲ ਵੇਖ ਕੇ ਉਸ ਵੇਲੇ ਭਾਈ ਮਾਹ ਸਿੰਘ ਨੇ ਜਿੰਨੀ ਸੰਗਤ ਆਈ ਹੈ ਸਾਰੀ ਨੂੰ ਲਲਕਾਰ ਕੇ ਆਖਿਆ, ਜੇ ਆਪਾਂ ਹੁਣ ਗੁਰੂ ਪਾਤਸ਼ਾਹ ਨੂੰ ਇਸ ਵੇਲੇ ਛੱਡ ਕੇ ਚਲੇ ਜਾਵਾਂਗੇ, ਬੜਾ ਵੱਡਾ ਬਦਨਾਮੀ ਦਾ ਦਾਗ ਸਾਡੇ ਮੱਥੇ 'ਤੇ ਲੱਗੇਗਾ। ਇਹ ਲੋਕ ਵੀ ਅਸੀਂ ਗਵਾ ਲਿਆ ਹੈ ਅਤੇ ਪਰਲੋਕ ਵੀ ਅਸੀਂ ਆਪਣਾ ਗੁਰੂ ਤੋਂ ਬਿਨਾਂ ਗਵਾ ਲਿਆ ਹੈ। ਜਿਉਂਦੇ ਜੀ ਇਹ ਕਲੰਕ ਮੱਥੇ ਦੇ ਉੱਪਰ ਰਹਿਣਾ ਹੈ, ਨਾ ਲੋਕ ਦਾ ਸੁੱਖ ਅਤੇ ਨਾ ਪਰਲੋਕ ਦਾ ਸੁੱਖ। ਇਹ ਬਚਨ ਇਤਿਹਾਸ ਆਪਾਂ ਪ੍ਰਸੰਗ ਪਿੱਛੇ ਸਰਵਣ ਕਰ ਆਏ। ਭਾਈ ਮਾਹ ਸਿੰਘ ਜੀ ਹੋਰ ਕਿਹੜੇ ਬਚਨ ਕਰਨਗੇ, ਇਤਿਹਾਸ ਆਪਾਂ ਅੱਜ ਅੱਗੇ ਸਰਵਣ ਕਰਾਂਗੇ। ਮਨ ਦੇ ਧਿਆਨ ਨੂੰ ਟਿਕਾਈਏ, ਮਿਲ ਕੇ ਆਖੀਏ ਸਤਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ। ਤਿਨ ਕੋ ਸ਼ੋਰ ਇਤਹਿ ਸੇ ਮਿਲੇ। ਸੋ ਇਸ ਤਰੀਕੇ ਦੇ ਨਾਲ ਜਦੋਂ ਭਾਈ ਮਾਹ ਸਿੰਘ ਨੇ ਸਾਰਿਆਂ ਨੂੰ ਲਲਕਾਰਿਆ, ਸਾਰਿਆਂ ਨੂੰ ਵੰਗਾਰਿਆ, ਸਾਰਿਆਂ ਨੂੰ ਮਿਹਣਾ ਦਿੱਤਾ ਕਿ ਜੇ ਆਪਾਂ ਗੁਰੂ ਪਾਤਸ਼ਾਹ ਨੂੰ ਹੁਣ ਛੱਡ ਕੇ ਚੱਲੇ ਹਾਂ ਤਾਂ ਇਹ ਕਲੰਕ ਸਾਡੀਆਂ ਪੀੜ੍ਹੀਆਂ ਤੋਂ ਨਹੀਂ ਧੋਤਾ ਜਾਏਗਾ, ਅਸੀਂ ਚਾਰ ਵਿਅਕਤੀਆਂ ਦੇ ਪਿੱਛੇ ਲੱਗ ਕੇ ਕਿਉਂ ਆਪਣੇ ਆਪ ਨੂੰ ਦਾਗ ਲਵਾਈਏ। ਇਸ ਤਰ੍ਹਾਂ ਕਹਿਣ ਦੇ ਨਾਲ ਭਾਈ ਮਾਹ ਸਿੰਘ ਜੀ ਦੇ ਨਾਲ ਇੱਕ ਸਿੰਘ ਹੋਰ ਵਿੱਚੋਂ ਸੰਗਤ ਦੇ ਨਿਕਲ ਆਇਆ, ਫਿਰ ਦੂਸਰਾ, ਫਿਰ ਤੀਸਰਾ, ਪੰਜ ਸਿੰਘ ਫਿਰ ਇੱਕ ਜਗ੍ਹਾ ਦੇ ਉੱਪਰ ਵੱਖਰੇ ਹੋ ਗਏ ਉਹਨਾਂ ਦੇ ਨਾਲੋਂ ਵੀ, ਅਸੀਂ ਤਾਂ ਹੁਣ ਗੁਰੂ ਪਾਤਸ਼ਾਹ ਦੇ ਨਾਲ ਹੀ ਜਾਵਾਂਗੇ, ਜੰਗ ਲੜਾਂਗੇ। ਇਸ ਤਰ੍ਹਾਂ ਫਿਰ ਪੰਜ ਸਿੰਘ ਜਿਹੜੇ ਨੇ ਉਸ ਵੇਲੇ ਇਹ ਬਾਹਰ ਨਿਕਲੇ ਨੇ, ਆਪਣੇ ਜਥੇ ਦੇ ਨਾਲੋਂ ਵੱਖਰੇ ਹੋ ਗਏ ਹਨ। ਭਜਨ ਗੁਰੂ ਕੋ ਅਵਨੈ ਭਲੇ। ਇਹਨਾਂ ਨੇ ਵਿਚਾਰਿਆ ਹੈ ਵੀ ਇਸ ਵੇਲੇ ਗੁਰੂ ਪਾਤਸ਼ਾਹ ਨੂੰ ਛੱਡ ਕੇ ਜਾਣਾ ਠੀਕ ਨਹੀਂ ਹੈ। ਗੁਰੂ ਮਹਾਰਾਜ ਦੇ ਨਾਲ ਕੇਵਲ ਇੱਕ ਭਾਈ ਮਾਨ ਸਿੰਘ ਐਸੇ ਸੂਰਮੇ ਨੇ ਜਿਹੜੇ ਅਨੰਦਪੁਰ ਸਾਹਿਬ ਤੋਂ ਨਾਲ ਚੱਲੇ ਮਹਾਰਾਜ ਦੇ, ਉਹਨਾਂ ਤੋਂ ਬਿਨਾਂ ਬਾਕੀ ਬੈਰਾੜ ਸੂਰਮੇ ਮਹਾਰਾਜ ਨੇ ਮਾਲਵੇ ਵਿੱਚ ਹੀ ਭਰਤੀ ਕੀਤੇ ਨੇ। ਪਤਾ ਨਹੀਂ ਇਹਨਾਂ ਨੇ ਕੋਈ ਅੱਗੇ ਵੱਡਾ ਕੋਈ ਜੰਗ ਲੜਿਆ ਹੈ ਜਾਂ ਨਹੀਂ ਲੜਿਆ, ਕਿੰਨੀ ਕੁ ਜੰਗ ਦੀ ਮੁਹਾਰਤ ਰੱਖਦੇ ਨੇ ਕੋਈ ਜਾਣਦਾ ਨਹੀਂ। ਭਾਈ ਮਾਹ ਸਿੰਘ ਨੇ ਆਖਿਆ, ਸਤਿਗੁਰੂ ਪਾਤਸ਼ਾਹ ਦੇ ਉੱਪਰ ਵੱਡੀ ਫੌਜ ਆ ਗਈ ਹੈ, ਇਸ ਕਰਕੇ ਇਸ ਵੇਲੇ ਗੁਰੂ ਨੂੰ ਛੱਡ ਕੇ ਜਾਣਾ ਠੀਕ ਨਹੀਂ ਹੈ। ਬਰਖ ਹਜ਼ਾਰੋਂ ਨਰਕ ਸਹੇਰੇ। ਇਹ ਅਸੀਂ ਗੁਰੂ ਨੂੰ ਨਹੀਂ ਛੱਡਿਆ ਹੈ, ਗੁਰੂ ਕੀ ਸੰਗਤ। ਭਾਈ ਮਾਹ ਸਿੰਘ ਬਚਨ ਕਰਦੇ ਕਹਿਣ ਲੱਗੇ, ਗੁਰੂ ਨੂੰ ਨਹੀਂ ਛੱਡਿਆ, ਇਹ ਅਸੀਂ ਆਪਣੇ ਵਾਸਤੇ ਹਜ਼ਾਰਾਂ ਸਾਲ ਨਰਕਾਂ ਦੇ ਦਰਵਾਜ਼ੇ ਹੀ ਖੋਲ੍ਹ ਲਏ ਨੇ, ਕਿਉਂਕਿ ਸਤਿਗੁਰੂ ਤੋਂ ਬਿਨਾਂ ਲੋਕ ਅੰਦਰ ਅਤੇ ਪਰਲੋਕ ਅੰਦਰ ਢੋਈ ਨਹੀਂ ਹੈ। ਇਸ ਕਰਕੇ ਜੇ ਗੁਰੂ ਆਪਾਂ ਛੱਡ ਦਿੱਤਾ, ਸਮਝ ਲਓ ਨਰਕਾਂ ਦਾ ਦਰਵਾਜ਼ਾ ਆਪਣੇ ਵਾਸਤੇ ਖੋਲ੍ਹ ਲਿਆ ਹੈ, ਅਤੇ ਉਹ ਨਰਕ ਵੀ ਕੋਈ ਇੱਕ ਸਾਲ ਦਾ ਨਹੀਂ। ਕਹਿਣ ਲੱਗੇ, ਹਜ਼ਾਰਾਂ ਸਾਲ, ਪਤਾ ਨਹੀਂ ਕਿੰਨੇ ਕੁ ਜਨਮ ਇਸ ਤਰ੍ਹਾਂ ਪਾਤਸ਼ਾਹ ਤੋਂ ਬੇਮੁੱਖ ਹੋ ਕੇ ਸਾਡੇ ਨਰਕਾਂ ਵਿੱਚ ਹੀ ਬਤੀਤ ਹੋ ਜਾਣੇ। ਇਸ ਤਰ੍ਹਾਂ ਭਾਈ ਮਾਹ ਸਿੰਘ ਬਾਕੀ ਸੰਗਤ ਨੂੰ ਇਹ ਪ੍ਰਚਾਰਦੇ ਪਏ ਨੇ, ਦੱਸਦੇ ਪਏ ਨੇ ਵੀ ਅਸੀਂ ਕਿੰਨਾ ਘਾਟੇ ਵਾਲਾ ਇਹ ਕਾਰਜ ਕੀਤਾ ਹੈ। ਰਣ ਤੇ ਡਰ ਗੁਰ ਤੇ ਮੁਖ ਫੇਰੇ। ਅੱਜ ਅਸੀਂ ਗੁਰੂ ਪਾਤਸ਼ਾਹ ਦੇ ਨਾਲ ਤਾਂ ਨਹੀਂ ਖੜ੍ਹੇ ਕਿਉਂਕਿ ਸਾਨੂੰ ਜੰਗ ਦਾ ਡਰ ਹੈ ਕਿ ਵਜ਼ੀਰ ਖਾਨ ਵੱਡੀ ਫੌਜ ਲੈ ਕੇ ਆ ਗਿਆ, ਕਿਵੇਂ ਲੜਾਂਗੇ, ਜੇ ਲੜਾਂਗੇ ਤਾਂ ਸਮੇਂ ਦੀ ਸਰਕਾਰ ਸਾਡੀ ਵੈਰੀ ਬਣ ਜਾਵੇਗੀ। ਅੱਜ ਆਪਣੀ ਇਹ ਗੱਲ ਸੋਚ ਕੇ ਅਸੀਂ ਗੁਰੂ ਨੂੰ ਛੱਡ ਕੇ ਪਰੇ ਹੋ ਗਏ ਹਾਂ, ਪਰ ਕਦੇ ਇਹ ਵਿਚਾਰ ਕਰ ਲੈਣਾ ਆਪਣੇ ਮਨ ਦੇ ਵਿੱਚ, ਗੁਰੂ ਪਾਤਸ਼ਾਹ ਨੂੰ ਕੀ ਲੋੜ ਪਈ ਹੈ ਅਨੰਦਪੁਰ ਸਾਹਿਬ ਛੱਡ ਕੇ ਆਉਣ ਦੀ, ਕੀ ਲੋੜ ਪਈ ਹੈ ਆਪਣੇ ਚਾਰ ਸਾਹਿਬਜ਼ਾਦੇ ਸ਼ਹਾਦਤ ਕਰਵਾਉਣ ਦੀ,
ਕੀ ਲੋੜ ਹੈ ਮਾਤਾ ਪਿਤਾ ਦੀ ਉਹਨਾਂ ਦੀ ਸ਼ਹੀਦੀ ਕਰਵਾਉਣ ਦੀ, ਉਹਨਾਂ ਨੇ ਕਾਹਦੇ ਵਾਸਤੇ ਕੀਤਾ ਹੈ। ਇਹ ਜਿਹੜੀਆਂ ਗੁਲਾਮੀ ਦੀਆਂ ਬੇੜੀਆਂ ਸੰਸਾਰ ਦੇ ਲੋਕਾਂ ਦੇ ਪਈਆਂ ਹੋਈਆਂ, ਇਹਨੂੰ ਮਹਾਰਾਜ ਸਾਹਿਬ ਜੀ ਕੱਢਣ ਵਾਸਤੇ ਇਹ ਕੁਰਬਾਨੀ ਕਰਦੇ ਪਏ। ਸਾਡੇ ਵਿੱਚ ਅਣਖ ਅਤੇ ਗੈਰਤ ਪੈਦਾ ਕਰਨ ਵਾਸਤੇ ਇਹ ਕੁਰਬਾਨੀ ਮਹਾਰਾਜ ਕਰਦੇ ਪਏ। ਅੱਜ ਆਪਾਂ ਗੁਰੂ ਦੀ ਕੁਰਬਾਨੀ ਨੂੰ ਭੁੱਲ ਕੇ ਕੇਵਲ ਇਹ ਡਰ ਹੀ ਗਏ ਹਾਂ ਕਿ ਵਜ਼ੀਰ ਖਾਨ ਵੱਡੀ ਫੌਜ ਲੈ ਕੇ ਆ ਗਿਆ, ਸਾਡੇ ਪਰਿਵਾਰ ਦਾ, ਸਾਡੀਆਂ ਜ਼ਮੀਨਾਂ ਦਾ ਨੁਕਸਾਨ ਕਰੇਗਾ। ਕੇਵਲ ਆਪਣੇ ਮਤਲਬ ਨੂੰ ਹੀ ਸਾਹਮਣੇ ਰੱਖ ਲਿਆ, ਆਪਣੇ ਪ੍ਰਯੋਜਨ, ਇਹ ਅਸੀਂ ਵੱਡੀ ਭਾਰੀ ਭੁੱਲ ਕੀਤੀ ਹੈ। ਜੇ ਗੁਰੂ ਨੇ ਸਾਡੇ ਵਾਸਤੇ ਸਾਹਿਬਜ਼ਾਦੇ ਜਾਂ ਪਰਿਵਾਰ ਸ਼ਹੀਦ ਕਰਵਾਇਆ, ਘਰ ਬਾਰ ਛੱਡਿਆ, ਤਾਂ ਕੀ ਸਾਡਾ ਫਰਜ਼ ਨਹੀਂ ਬਣਦਾ ਕਿ ਅਸੀਂ ਉਹਨਾਂ ਦੇ ਵਾਸਤੇ ਕੋਈ ਕੁਰਬਾਨੀ ਕਰੀਏ? ਇਸ ਤਰ੍ਹਾਂ ਭਾਈ ਮਹਾਂ ਸਿੰਘ ਆਖਦੇ ਹਨ, ਇੱਕ ਘੜੀ ਕੋ ਸੰਕਟ ਨੀਕੋ, ਇੱਕ ਘੜੀ ਦਾ ਦੁੱਖ ਚੰਗਾ ਹੈ। ਜੇ ਮੰਨ ਲਓ ਇੱਕ ਘੜੀ 24 ਮਿੰਟ ਦਾ ਸਮਾਂ ਲੜਦੇ ਹਾਂ, ਜੰਗ ਦੇ ਵਿੱਚ ਕਿੰਨਾ ਸਮਾਂ ਲੱਗੇਗਾ, ਅਤੇ ਜੰਗ ਦੇ ਵਿੱਚ ਵੱਡਾ ਕੋਈ ਜ਼ਖਮ ਲੱਗੇਗਾ ਅਤੇ ਸ਼ਹਾਦਤ ਹੋਵੇਗੀ, ਜ਼ਖਮ ਦਾ ਮੰਨ ਲਓ ਵੀ ਸਾਨੂੰ ਸੰਕਟ ਸਹਿਣਾ ਵੀ ਪਵੇ, ਕਿੰਨੇ ਚਿਰ ਦਾ? ਇੱਕ ਘੜੀ ਦਾ ਸਮਾਂ ਲੱਗੇਗਾ, ਦੋ ਘੜੀਆਂ ਦਾ ਸਮਾਂ ਲੱਗੇਗਾ। ਪਰ ਜੇ ਇੰਨਾ ਕੁ ਸਮਾਂ ਦੁੱਖ ਸਹਿ ਕੇ ਜੰਗ ਮੈਦਾਨ ਦੇ ਵਿੱਚ ਜੇ ਸ਼ਹਾਦਤ ਪ੍ਰਾਪਤ ਕਰ ਜਾਵਾਂਗੇ, ਤਾਂ ਫਿਰ ਪਤਾ ਨਹੀਂ ਕਿੰਨੇ ਕੁ ਸੈਂਕੜੇ ਸਾਲਾਂ ਦੇ ਸੁੱਖ ਸਾਡੀ ਝੋਲੀ ਵਿੱਚ ਪੈ ਜਾਣਗੇ, ਕਿੱਡੀ ਵੱਡੀ ਦਾਤ ਮਿਲਣੀ ਹੈ। ਪਰ ਅਸੀਂ ਤਾਂ ਬੜੇ ਵੱਡੇ ਮੂਰਖ ਨਿਕਲੇ, ਇੱਕ ਘੜੀ ਦਾ ਦੁੱਖ ਵੱਡਾ ਜਾਣ ਕੇ ਅਤੇ ਗੁਰੂ ਨੂੰ ਛੱਡ ਦਿੱਤਾ ਹੈ, ਇਹ ਅਸੀਂ ਮਾੜਾ ਕਰਮ ਕੀਤਾ ਹੈ। ਲੱਖੋਂ ਬਰਖ ਸਦਾ ਸੁੱਖ ਜੀ ਕੋ, ਅਤੇ ਜੇ ਅਸੀਂ ਇੱਕ ਘੜੀ ਮੰਨ ਲਓ ਜੰਗ ਵਿੱਚ ਦੁੱਖ ਸਹਿ ਵੀ ਲਵਾਂਗੇ, ਅਤੇ ਬਾਅਦ ਵਿੱਚ ਲੱਖਾਂ ਸਾਲ ਸਾਨੂੰ ਸੁੱਖ ਮਿਲੇਗਾ, ਕਿਉਂਕਿ ਅਸੀਂ ਗੁਰੂ ਵਾਸਤੇ, ਪੰਥ ਵਾਸਤੇ, ਕੌਮ ਵਾਸਤੇ ਕੁਰਬਾਨੀ ਕੀਤੀ ਹੈ। ਬਚਨ ਮਹਾਰਾਜ ਜੀ ਦਾ, ਗਗਨ ਦਮਾਮਾ ਬਾਜਿਓ ਪਰਿਓ ਨਿਸ਼ਾਨੈ ਘਾਓ ਖੇਤ ਜੋ ਮਾਂਡਿਓ ਸੂਰਮਾ ਅਬ ਜੂਜਨ ਕਹੋ ਦਾਓ। ਇਹ ਬਚਨ ਮਹਾਰਾਜ ਦਾ, ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ। ਲੜਾਈ ਜਿਹੜੀ ਹੈ ਧਰਮ ਵਾਸਤੇ ਹੋਵੇ, ਕੌਮ ਵਾਸਤੇ ਹੋਵੇ, ਹੱਕ ਵਾਸਤੇ ਹੋਵੇ, ਐਸੀ ਲੜਾਈ ਨੂੰ ਜਿਹੜਾ ਸੂਰਮਾ ਲੜਦਾ ਹੈ, ਸੂਰਾ ਸੋ ਪਹਿਚਾਨੀਏ, ਉਹਨੂੰ ਸੂਰਮਾ ਜਾਣਿਆ ਜਾਂਦਾ। ਆਪਣੇ ਵਾਸਤੇ, ਆਪਣੇ ਹੱਕਾਂ ਵਾਸਤੇ ਤਾਂ ਹਰੇਕ ਹੀ ਲੜਦਾ, ਕੌਮ ਵਾਸਤੇ ਲੜਨਾ ਇਹ ਧਰਮ ਦਾ ਜੰਗ ਹੈ। ਸੂਰਾ ਸੋ ਪਹਿਚਾਨੀਆ ਜੋ ਲੜੈ ਦੀਨ ਕੇ ਹੇਤ, ਪੁਰਜਾ ਪੁਰਜਾ ਕੱਟ ਮਰੈ ਕਬਹੂ ਨਾ ਛੱਡੈ, ਭਾਵੇਂ ਨਿੱਕਾ ਨਿੱਕਾ ਹੋ ਕੇ ਕੱਟਿਆ ਜਾਵੇ ਜੰਗੇ ਮੈਦਾਨ ਦੇ ਅੰਦਰ, ਪਰ ਕਦੇ ਪਿੱਠ ਵਿਖਾ ਕੇ ਪਿੱਛੇ ਨੂੰ ਨਾ ਦੌੜੇ। ਸੋ ਇਹ ਬਚਨ ਕਰਦੇ ਪਏ ਭਾਈ ਮਹਾਂ ਸਿੰਘ ਜੀ, ਕਹਿੰਦੇ ਉਹ ਗੁਰਮੁਖੋ, ਜੇ ਆਪਾਂ ਅੱਜ ਗੁਰੂ ਦੇ ਨਾਲ ਮਿਲ ਕੇ ਲੜੀਏ ਤਾਂ ਸਤਿਗੁਰੂ ਜੀ ਸਾਨੂੰ ਸੱਚਖੰਡ ਦੇ ਵਿੱਚ ਜਗ੍ਹਾ ਦੇ ਦੇਣਗੇ, ਜਿਹੜਾ ਸੁੱਖ ਨਾ ਸਮਾਂ ਕਿਹਾ ਜਾ ਸਕਦਾ ਹੈ ਅਤੇ ਨਾ ਹੀ ਸੁੱਖ ਦਾ ਕੋਈ ਵਰਣਨ ਕਰ ਸਕਦਾ ਹੈ। ਹਮ ਗਾਢੇ ਹੋਏ ਠਾਢੇ ਰਹਿ। ਉਸ ਵੇਲੇ ਭਾਈ ਮਹਾਂ ਸਿੰਘ ਜੀ ਨੇ ਆਖਿਆ, ਕਹਿਣ ਲੱਗਾ, ਮੈਂ ਤਾਂ ਚੱਲਿਆ ਮਹਾਰਾਜ ਦੇ ਨਾਲ ਜੰਗ ਲੜਨ ਵਾਸਤੇ, ਜਿਹਨੇ ਮੇਰੇ ਨਾਲ ਜਾਣਾ ਆ ਜਾਵੇ, ਪਰ ਮੈਂ ਜੇ ਇੱਕ ਵਾਰੀ ਜੰਗ ਮੈਦਾਨ ਵਿੱਚ ਖੜ ਗਿਆ ਨਾ ਤਾਂ ਮੈਂ ਪਿੱਛੇ ਨਹੀਂ ਹਟਣਾ ਹੈ, ਭਾਵੇਂ ਮੇਰੀ ਸ਼ਹੀਦੀ ਹੋ ਜਾਵੇ। ਜਿੰਨਾ ਚਿਰ ਮੈਂ ਜਿਉਂਦਾ ਹਾਂ ਉਨਾ ਚਿਰ ਵਜ਼ੀਰ ਖਾਨ ਦੀ ਫੌਜ ਗੁਰੂ ਗੋਬਿੰਦ ਸਿੰਘ ਮਹਾਰਾਜ ਤੱਕ ਨਹੀਂ ਪਹੁੰਚ ਸਕਦੀ। ਖਦਰਾਣੇ ਦੀ ਢਾਬ 'ਤੇ ਵੱਡਾ ਜੰਗ ਹੋਇਆ, ਵਿਦਾਵਾ ਪੜਵਾਇਆ ਨਾ ਗੁਰੂ ਕਿਹਾ ਸਿੱਖਾਂ ਨੇ, ਇਹ ਆਪਾਂ ਉਹ ਇਤਿਹਾਸ ਸਰਵਣ ਕਰਦੇ ਪਏ। ਭਾਈ ਮਹਾਂ ਸਿੰਘ ਜੀ ਕਹਿਣ ਲੱਗੇ ਵੀ ਮੈਂ ਜੰਗ ਮੈਦਾਨ ਦੇ ਵਿੱਚੋਂ ਪਿੱਛੇ ਨਹੀਂ ਹਟਣਾ ਹੈ, ਮੈਂ ਤਾਂ ਇੱਕੇ ਜਗ੍ਹਾ ਦੇ ਉੱਪਰ ਖੜ ਕੇ ਵੱਡਾ ਜੰਗ ਕਰਾਂਗਾ। ਵਿਪਸੋਂ ਰਨ ਕਰ ਮਾਰੇ ਮਰੇ, ਦੁਸ਼ਮਣ ਦੇ ਨਾਲ ਅਸੀਂ ਜੰਗ ਕਰਾਂਗੇ, ਜੰਗੇ ਮੈਦਾਨ ਦੇ ਅੰਦਰ ਦੁਸ਼ਮਣ ਨੂੰ ਸੋਧਾ ਲਾ ਦੇਵਾਂਗੇ, ਜਾਂ ਤਾਂ ਮਾਰ ਦੇਵਾਂਗੇ ਅਤੇ ਜਾਂ ਫਿਰ ਦੁਸ਼ਮਣ ਦੇ ਹੱਥੋਂ ਆਪ ਸ਼ਹਾਦਤ ਪ੍ਰਾਪਤ ਕਰ ਲਵਾਂਗੇ, ਪਰ ਐਸੀ ਕੁਰਬਾਨੀ ਕਰਨ ਵਾਸਤੇ ਮੈਂ ਚੱਲਿਆ ਹਾਂ। ਗੁਰ ਲੱਗ ਤੁਰਕ ਜਾਨ ਨਹਿਦੇ ਹੈ, ਗੁਰੂ ਪਾਤਸ਼ਾਹ ਤੱਕ ਅਸੀਂ ਮੁਗਲਾਂ ਨੂੰ ਜਾਨ ਨਹੀਂ ਦੇਵਾਂਗੇ। ਭਾਈ ਮਹਾਂ ਸਿੰਘ ਨੇ ਜਦੋਂ ਐਸੇ ਬਚਨ ਕੀਤੇ ਨਾ ਗੁਰਮੁਖੋ, ਸਾਰੇ ਸੁਣਦੇ ਪਏ, ਕਈਆਂ ਦਾ ਖੌਣ ਖੁੱਲਿਆ ਹੈ, ਕਈਆਂ ਦੀ ਅਣਖ ਜਾਗੀ ਹੈ, ਵਾਕਿਆ ਹੀ ਇਹ ਬਚਨ ਸੱਚਾ ਹੈ। ਭਾਈ ਮਹਾਂ ਸਿੰਘ ਕਹਿਣ ਲੱਗੇ, ਜਿੰਨਾ ਚਿਰ ਮੈਂ ਜਿਉਂਦਾ ਮੁਗਲਾਂ ਦੀ ਵੱਡੀ ਫੌਜ ਨੂੰ ਮੈਂ ਡੱਕ ਕੇ ਰੱਖਾਂਗਾ, ਮਹਾਰਾਜ ਦੇ ਤੱਕ ਜਾਨ ਹੀ ਨਹੀਂ ਦੇਵਾਂਗਾ, ਅਤੇ ਜੰਗ ਮੈਦਾਨ ਦੇ ਵਿੱਚ ਮੈਂ ਸ਼ਹੀਦੀ ਪਾਉਣੀ ਹੈ। ਜਬ ਲਗ ਤਨ ਮਹਿ ਪ੍ਰਾਣ ਰਹੇ ਹੈ, ਜਿੰਨਾ ਚਿਰ ਮੇਰੇ ਸਰੀਰ ਦੇ ਵਿੱਚ ਪ੍ਰਾਣ ਨੇ, ਜਿੰਨਾ ਚਿਰ ਮੇਰੀ ਜਾਨ ਚੱਲੇਗੀ ਨਾ, ਸਵਾਸ ਚੱਲਣਗੇ, ਜਿੰਨਾ ਚਿਰ ਮੇਰੇ ਸਰੀਰ ਵਿੱਚ ਜ਼ੋਰ ਰਹੇਗਾ, ਉਨਾ ਚਿਰ ਮੈਂ ਜੰਗ ਕਰਦਾ ਹੀ ਰਹਾਂਗਾ। ਜਦੋਂ ਸਾਹ ਹੀ ਰੁਕ ਗਿਆ ਜੰਗ ਕਰਦਿਆਂ, ਤਾਂ ਫਿਰ ਕੀ ਕਹਿਣਾ ਹੈ? ਪਰ ਜਿੰਨਾ ਚਿਰ ਮੇਰੇ ਵਿੱਚ ਬਲ ਬਖਸ਼ਿਆ ਸਤਿਗੁਰਾਂ ਨੇ, ਉਨਾ ਚਿਰ ਮੈਂ ਜੰਗ ਕਰਨਾ ਹੈ। ਮੈਂ ਵੱਟਾ ਸਿੱਖੀ ਕੋ ਲਾਵਾਂ, ਮੈਂ ਆਪਣੀ ਸਿੱਖੀ ਨੂੰ, ਆਪਣੇ ਧਰਮ ਨੂੰ ਵੱਟਾ ਨਹੀਂ ਲਾਵਾਂਗਾ, ਭਾਵ ਕਿ ਦਾਗ ਨਹੀਂ ਲਾਵਾਂਗਾ,
ਕੋਈ ਆਉਣ ਵਾਲੇ ਸਮੇਂ ਵਿੱਚ ਇਹ ਨਹੀਂ ਕਹੇਗਾ ਕਿ ਮਾਹ ਸਿੰਘ ਜੰਗ ਵੇਖ ਕੇ ਭੱਜ ਗਿਆ ਹੈ। ਭਾਈ ਮਾਹ ਸਿੰਘ ਇਹ ਕਹਿ ਰਿਹਾ, ਕੋਈ ਇਹ ਨਹੀਂ ਕਹੇਗਾ ਕਿ ਮਾਹ ਸਿੰਘ ਨੇ ਪਿੱਠ ਵਿਖਾ ਦਿੱਤੀ ਹੈ, ਨਹੀਂ ਮੈਂ ਐਸਾ ਵੱਟਾ ਆਪਣੇ ਨਾਮ ਦੇ ਨਾਲ ਨਹੀਂ ਲੱਗਣ ਦੇਵਾਂਗਾ। ਤੁਸੀਂ ਬਦਾਵਾ ਦੇ ਦਿੱਤਾ ਤਾਂ ਦੇ ਕੇ ਚਲੇ ਜਾਓ ਜਿੰਨੇ ਜਾਣਾ ਹੈ, ਪਰ ਮੈਂ ਨਹੀਂ ਜਾਵਾਂਗਾ, ਮੈਂ ਕੁਰਬਾਨੀ ਕਰਾਂਗਾ ਪਰ ਆਪਣੇ ਨਾਮ ਦੇ ਨਾਲ ਇਹ ਕਲੰਕ ਨਹੀਂ ਲੱਗਣ ਦੇਵਾਂਗਾ। ਐਸੇ ਬਚਨ ਉਸ ਵੇਲੇ ਆਖੇ ਹਨ, ਨਹੀਂ ਆਪਣੋ ਧਰਮ ਗਵਾਵੇ, ਅਤੇ ਨਾ ਹੀ ਮੈਂ ਆਪਣਾ ਧਰਮ ਗਵਾਵਾਂਗਾ, ਧਰਮ ਵੀ ਮੈਂ ਆਪਣਾ ਨਿਭਾ ਲੈਣਾ ਹੈ, ਧਰਮ ਰੱਖਣਾ ਹੈ ਗੁਰੂ ਦੇ ਵਾਸਤੇ ਲੜ ਕੇ, ਕੌਮ ਦੇ ਵਾਸਤੇ ਲੜ ਕੇ ਮੈਂ ਆਪਣਾ ਧਰਮ ਰੱਖਾਂਗਾ, ਪਰ ਗੁਰੂ ਪਾਤਸ਼ਾਹ ਨੂੰ ਛੱਡ ਕੇ ਮੈਂ ਨਹੀਂ ਜਾਵਾਂਗਾ। ਇਸ ਤਰ੍ਹਾਂ ਭਾਈ ਧਰਮ ਸਿੰਘ ਜੀ ਬਾਕੀ ਸੰਗਤ ਨੂੰ ਵੰਗਾਰਦੇ ਪਏ ਕਿ ਹੁਣ ਸੰਕਟ ਦਾ ਸਮਾਂ, ਗੁਰੂ ਪਾਤਸ਼ਾਹ ਨਾਲ ਖੜੀਏ ਅਤੇ ਜੰਗ ਦੇ ਅੰਦਰ ਲੜੀਏ। ਭਾਈ ਮਾਹ ਸਿੰਘ ਜੀ ਹੋਰ ਕਿਹੜੇ ਕਿਹੜੇ ਵਚਨ ਕਰਦੇ, ਸੰਗਤਾਂ ਵਿੱਚੋਂ ਕਿਹੜਾ ਕਿਹੜਾ ਬਾਹਰ ਨਿੱਤਰਦਾ ਜੰਗ ਮੈਦਾਨ ਵਿੱਚ ਆਉਣ ਵਾਸਤੇ, ਇਤਿਹਾਸ ਆਪਾਂ ਆਉਣ ਵਾਲੇ ਦਿਨਾਂ ਵਿੱਚ ਸਰਵਣ ਕਰਾਂਗੇ। ਸਮੇਂ ਦੀ ਸਮਾਪਤੀ, ਭੁੱਲਾਂ ਦੀ ਮੁਆਫ਼ੀ, ਲਿਖਿਆ ਕਥਾ ਹੈ ਨਾ ਛੁੱਟੀ ਆ, ਬਖਸ਼ਣਹਾਰ ਬਖਸ਼ ਲੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ।